वाहेगुरु जी का खालसा, वाहेगुरु जी की फतेह। अज दुल्ले वाले जो दुल्ले वाला पिंड दे कोले एक किसान ने आपदी मेहनत दे नाल बहुत ही मेहनत करके जिहड़े पुराना जिहड़ा पंजाब पंजाब दा पंजाब पुराना विरसा वो सांभिया होया तुहानू कली कली चीज दिखाउणे आ ते वीडियो देखी भी चलियो ते नाल दी नाल बई इहनू देख के शेयर करी चलियो नाल दसी चलियो भी आ किहड़ी चीज की है। पुर्तगाल ए पुर्तगाल सॉरी दुल्ले वाला नहीं पुर्तगाल आ जिवें पखे पहला अपने गुरु घरां दे विच हुंदे सीगे देखे आपां पुराने उस च ਉਹ ਰਸ ਪਏ ਨੇ ਜਿਹੜੇ ਤਾਣੀਆਂ ਦੇ ਕੰਮ ਆਉਂਦੇ ਸੀ ਪਹਿਲਾਂ ਉਹ ਪਰੇ ਲਾਲਟਣਾ ਅਸੀਂ ਤੁਹਾਨੂੰ ਇਕੱਲੀ ਇਕੱਲੀ ਚੀਜ਼ ਦਿਖਾਵਾਂਗੇ ਦੇਖੀ ਚੱਲਿਓ ਵੀਰ ਬਣ ਕੇ ਅਤੇ ਨਾਲੇ ਜਿਹੜੀ ਨਵੀਂ ਪੀੜ੍ਹੀ ਹੈ ਉਹ ਜ਼ੂਮ ਕਰਕੇ ਦੇਖ ਲਿਓ ਵੈਸੇ ਹਰ ਇੱਕ ਚੀਜ਼ ਦੇ ਉੱਤੇ ਪਰਚੀ ਦੇ ਉੱਤੇ ਨਾਂ ਵੀ ਲੱਗਿਆ ਵਾ ਵੀ ਕਿਹੜੀ ਚੀਜ਼ ਕੀ ਹੈ ਪਰ ਦੇਖੀ ਨਹੀਂ ਹੋਣੀ ਉਹਨਾਂ ਨੇ ਇਹ ਦੇਖਣੀ ਹੈ ਤਾਂ ਕਾਲਾ ਇਹ ਪੁਰਤਗਾਲ ਪਹੁੰਚ ਕੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਚੀਜ਼ਾਂ ਇਕੱਲੀਆਂ ਇਕੱਲੀਆਂ ਪੁਰਾਣੇ ਹਾਲ ਰਸ ਉਹ ਆਹ ਜਿਹੜਾ ਆਹ ਦੇਖੋ ਇਹ ਫਲਾ ਕਹਿੰਦੇ ਉਹਨੂੰ ਅੱਗੇ ਇਹਦੇ ਨਾਲ ਕਣਕ ਜਦੋਂ ਕੱਢਦੇ ਕੋਈ ਫਲੇ ਕਹਿੰਦੇ ਫਲਿਆਂ ਦੇ ਉੱਤੇ ਉਹ ਚੀਜ਼ ਹੈ ਇਹ ਮਲੇ ਪਲਾ ਕੇ ਬਾਂਸਾਂ ਦੇ ਨਾਲ ਜੋੜ ਕੇ ਅਤੇ ਉਹਦੇ ਨਾਲ ਮਤਲਬ ਕਣਕ ਵੀ ਕੱਢਦੇ ਸੀ ਆਹ ਸੱਜ ਆਹ ਚੂਹੇ ਕਹਿੰਦੇ ਸੀ ਸਲਗ ਬਹੁਤ ਕੁਛ ਬੀਂਡੀਆਂ ਆਹ ਇਹਦਾ ਰੱਥ ਤਹਾਂ ਟੰਗਿਆ ਪਿਆ ਉਹ ਘੋੜੀ ਘੋੜੇ ਦੀ ਕਾਠੀ ਹੈ ਉਹ ਪਤਾ ਉਹ ਕੀ ਨਾਂ ਉਹਦਾ ਲਿਖਿਆ ਵਿਆ ਹੋਊਗਾ ਇੱਥੇ ਕੀ ਕਹਿੰਦਾ ਜਿਹਨੂੰ ਬਾਬਾ ਤਾਂ ਆਪਣਾ ਭਾਵ ਬਹੁਤ ਮਿਹਨਤ ਕਰਕੇ ਉਹਨੇ ਇਕੱਲੀ ਇਕੱਲੀ ਸਾਰੀ ਹੈ ਹਾਂ ਹਾਂ ਮੈਂ ਉਹ ਵੀ ਦਿਖਾਵਾਂਗੇ ਆਹ ਦੇਖੋ ਜਿਹੜੇ ਮਤਲਬ ਉੱਠਾਂ ਦੇ ਪੈਂਦੇ ਹੁੰਦੇ ਸੀਗੇ ਬਿੰਡੀ ਉਹ ਸਾਰਾ ਕੁਛ ਜਾਣਦੀ ਤਾਂ ਦੇਖ ਕੇ ਜਾਣਦੀ ਅੱਜ ਤੋਂ 50 ਸਾਲ ਪਿੱਛੇ ਬੰਦਾ ਜਾ ਵੜਦਾ ਵੀ ਯਾਰ ਕੀ ਸਾਡੇ ਪੰਜਾਬ ਦਾ ਇਹੋ ਜਿਹਾ ਵਿਰਸਾ ਸੀਗਾ ਆਹ ਦੇਖੋ ਇਹ ਚੂਹਾ ਕਹਿੰਦੇ ਸੀ ਇਹਨੂੰ ਜਦੋਂ ਆਪਾਂ ਉਹ ਪੜਦੇ ਹੁੰਦੇ ਸੀਗੇ ਮੰਡਲੀਆਂ ਲਾਉਂਦੇ ਕਣਕ ਦੀਆਂ ਉਹ ਜਦੋਂ ਪੜਦੇ ਉਹਨਾਂ ਚੋਂ ਉਹ ਕਰਦੇ ਆਹ ਤਰਪਾਲੀ ਆਹ ਤਰਪਾਲੀ ਆ ਦੂਜਾ ਹਲ ਆ ਗਿਆ ਆਹ ਕਣਕ ਬੀਜਣ ਵਾਲੀ ਆ ਗਈ ਇੱਧਰੋਂ ਆਹ ਦੇਖੋ ਆਹ ਪਈ ਆ ਥੱਲੇ ਕਹਿੰਦੀ ਕਹਿਣ ਦਾ ਭਾਵ ਬੜੇ ਹੀ ਢੰਗ ਦੇ ਨਾਲ ਬੜੇ ਸੋਹਣੇ ਉਸ ਦੇ ਨਾਲ ਪੁਰਾਣਾ ਵਿਰਸਾ ਚਰਖੇ ਜਿਹੜਾ ਉਹ ਕਰਿਆ ਹੋਇਆ ਉਹ ਰੱਥ ਖੜਾ ਉੱਧਰ ਪਰਲੇ ਪਾਸੇ ਆਹ ਦੇਖੋ ਆਹ ਪੁਰਾਣਾ ਟੀਵੀ ਆਹ ਦੇਖੋ ਪੁਰਾਣਾ ਟੀਵੀ ਆ ਕੈਸਟਾਂ ਪਈਆਂ ਨੇ ਜਿਹੜੀਆਂ ਪਹਿਲਾਂ ਹੈ ਤਾਂ ਇਹ ਵੀ ਆਪਣੇ ਵਿਰਸੇ ਦਾ ਇੱਕ ਹਿੱਸਾ ਹੀ ਹੈ ਇਹ ਸਾਰਾ ਕੁਛ ਉਵੇਂ ਜਿਵੇਂ ਪਿਆ ਇੱਥੇ ਆਹ ਦੇਖੋ ਇੱਧਰ ਸਾਰਾ ਆਮ ਨੇ ਗੁਸਲਖਾਨਾ ਪੌੜੀ ਪਈ ਹੈ